ਨਗਰ ਕੌਂਸਲ ਦੀਆਂ ਚੋਣਾਂ ਆਉਂਦੀਆਂ ਦੇ ਕੁਝ ਲੋਕ ਘਟੀਆ ਰਾਜਨੀਤੀ 'ਤੇ ਉਤਰ ਆਏ ਹਨ, ਜਿਨ੍ਹਾਂ ਲੋਕਾਂ ਦਾ ਆਪਣੇ ਕੌਂਸਲਰ ਦੇ ਸਮੇਂ ਸ਼ਹਿਰ ਨਾਲ ਕੋਈ ਸੰਬੰਧ ਨਹੀਂ ਸੀ, ਉਹ ਹੁਣ ਇੱਕ ਠੇਕੇਦਾਰ ਉੱਪਰ ਸ਼ਹਿਰ ਵਿੱਚੋਂ ਕੂੜਾ ਨਾ ਚੁੱਕਣ ਦੇ ਦੋਸ਼ ਲਗਾ ਰਹੇ ਨੇ। ਉਕਤ ਵਿਚਾਰਾਂ ਦਾ ਪ੍ਰਗਟਾਵਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤ੍ਰਿਪਕ ਦੱਤ ਐਰੀ, ਸਾਬਕਾ ਕੌਂਸਲਰ ਪਰਮਜੀਤ ਸਿੰਘ ਪੰਮਾ, ਹਰਜੀਤ ਸਿੰਘ, ਜਗਮੋਹਨ ਰਾਣਾ, ਮੂਲ ਸਿੰਘ, ਦੀਪਕ ਕੁਮਾਰ ਅਤੇ ਰੋਹਿਤ ਚੋਪੜਾ ਨੇ ਗੜਸ਼ੰਕਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਕੁਝ ਲੋਕ ਬੀਤੇ ਦਿਨੀ ਸੋਸ਼ਲ ਮੀਡੀਆ ਰਾਹੀਂ ਗਲਤ ਪ੍ਰਚਾਰ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਕਿ ਸ਼ਹਿਰ ਵਿੱਚੋਂ ਕੂੜਾ ਟਾਈਮ 'ਤੇ ਨਹੀਂ ਚੁੱਕਿਆ ਜਾ ਰਿਹਾ। ਉਹਨਾਂ ਕਿਹਾ ਕਿ ਵਿਰੋਧੀ ਪਾਰਟੀਆਂ ਇਹ ਸਭ ਕੁਝ ਜਾਣ ਬੁੱਝ ਕੇ ਕਰ ਰਹੀਆਂ ਨੇ। ਪਿਛਲੇ ਦਿਨੀ ਸੋਸ਼ਲ ਮੀਡੀਆ ਉੱਤੇ ਗਰਸ਼ਾਂ ਬਾਰੇ ਇਹ ਫੈਲ ਗੱਲ ਫੈਲਾਈ ਜਾ ਰਹੀ ਹੈ ਵੀ ਇੱਥੇ ਪ੍ਰੋਪਰ ਕੂੜੇ ਦੀ ਲਿਫਟਿੰਗ ਨਹੀਂ ਹੋ ਰਹੀ। ਮੈਂ ਤੁਹਾਨੂੰ ਇਹ ਗੱਲ ਸ਼ੋਰਟ ਵਿੱਚ ਦੱਸਣਾ ਚਾਹੁੰਦਾ ਵੀ ਜਿਹੜੀ ਕਮੇਟੀ ਦੀ ਮਿਆਦ ਵਾ ਉਹ 10/10/2020 ਨੂੰ ਖਤਮ ਹੋ ਗਈ ਸੀ। ਉਸ ਵੇਲੇ ਇਸੇ ਕੌਂਸਲਰਾਂ ਨੇ, ਅਕਾਲੀ ਭਾਜਪਾ ਦੇ ਕੌਂਸਲਰਾਂ ਨੇ ਇਹ ਠੇਕਾ ਗਰਸ਼ਾਂ ਲਿਫਟਿੰਗ ਦਾ 23,08,000 ਰੁਪਏ ਵਿੱਚ ਦਿੱਤਾ ਸੀ ਅਤੇ 8 ਪੁਆਇੰਟ ਸੈਕੰਡਰੀ ਪੁਆਇੰਟ ਤੋਂ ਉਹਨਾਂ ਨੇ ਇਹ ਠੇਕੇਦਾਰ ਨੇ ਇਹ ਆਪਣੇ ਕੂੜਾ ਨੂੰ ਲਿਫਟਿੰਗ ਕਰਤਾ ਸੀ। ਜਦ ਹੁਣ 6-7 ਮਹੀਨੇ ਹੋ ਗਿਆ ਹੈ ਇੱਥੇ ਐਡਮਿਨਿਸਟ੍ਰੇਟਰ ਲੱਗਿਆ, ਜਦ ਦੇਖਿਆ ਵੀ ਉਹ ਜਿਹੜਾ ਕੂੜੇ ਨੂੰ ਨਹੀਂ ਇੰਨਾ ਉਹ ਆਪਣਾ ਪ੍ਰੋਪਰ ਨਹੀਂ ਕੰਮ ਹੋ ਰਿਹਾ, ਅਸੀਂ ਉਹਨੂੰ ਰਿਕੁਐਸਟ ਕੀਤੀ ਵੀ ਇਹ ਪੁਆਇੰਟ ਵਧਾਏ ਜਾਣ। ਸਾਡੇ ਕਹਿੰਦੇ ਉਹਦੇ ਅੱਜ ਗਰਸ਼ੇ ਵਿੱਚ 14 ਪੁਆਇੰਟ ਆ, 14 ਪੁਆਇੰਟ ਦੀ ਲਿਫਟਿੰਗ ਹੋ ਰਹੀ ਆ। ਹਾਂ, ਇਹ ਹੋ ਸਕਦਾ ਵੀ ਜਦੋਂ ਬੰਦਾ ਲਿਫਟਿੰਗ ਕਰਕੇ ਜਾਂਦਾ ਉਹਨਾਂ ਦੀ ਜਿਵੇਂ ਮਸ਼ੀਨ ਅਤੇ ਉਹਦੇ ਵਿੱਚ ਫਿਰ ਬੰਦਾ ਕੂੜਾ ਚੜ੍ਹਵੇ ਟਰਾਲੀ ਚੜ੍ਹਵੇ, ਉਹਦੇ ਵਿੱਚ ਸਾਡਾ ਕੋਈ ਦੋਸ਼ ਨਹੀਂ। ਗਰਸ਼ੇ ਵਾਸੀਆਂ ਨੇ ਕੋਈ ਸ਼ਿਕਾਇਤ ਨਹੀਂ ਵੀ ਇੱਥੇ ਕੂੜਾ ਦੇ ਢੇਰ ਲੱਗਦੇ ਆ। ਹੁਣ ਤੁਸੀਂ ਆਪ ਨਿਗਾਹ ਮਾਰ ਲਓ, ਜੇ ਕਿਤੇ ਫਿਰ ਵੀ ਤੁਸੀਂ ਜੇ ਆਪ ਆਪਣੀ ਅੱਖਾਂ ਦੇਖ ਸਕਦੇ ਆ ਵੀ ਇੱਥੇ ਕੋਈ ਇੱਦਾਂ ਦੀ ਗੱਲਬਾਤ ਨਹੀਂ, ਸਿਰਫ ਆਪਣਾ ਪੋਲੀਟੀਕਲ ਮਾਰਜਨ ਲੈਣ ਵਾਸਤੇ ਵਿਰੋਧੀ ਪਾਰਟੀਆਂ ਇਹ ਪ੍ਰਚਾਰ ਕਰਦੀਆਂ। ਉੱਧਰ ਸ਼ਹਿਰ ਵਿੱਚੋਂ ਕੂੜਾ ਚੁੱਕਣ ਵਾਲੇ ਠੇਕੇਦਾਰ ਨੇ ਕਿਹਾ ਕਿ ਉਹਨਾਂ ਦੀ ਟੀਮ ਵੱਲੋਂ ਰੋਜ਼ਾਨਾ ਹੀ ਸ਼ਹਿਰ ਵਿੱਚੋਂ ਕੂੜਾ ਟਾਈਮ ਸਿਰ ਚੁੱਕਿਆ ਜਾਂਦਾ ਹੈ ਅਤੇ ਜੇਕਰ ਕਿਸੇ ਨੂੰ ਕੋਈ ਸਮੱਸਿਆ ਹੈ ਤਾਂ ਉਹ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ। ਉਸ ਤੋਂ ਪਹਿਲਾਂ ਜਿਸ ਵੇਲੇ ਮੈਂ ਈ ਟੈਂਕ ਰਾਹੀਂ ਠੇਕਾ ਲਿਆ ਸੀ, ਮੇਰੇ ਕੋਲ 8 ਪੁਆਇੰਟ ਦਾ ਠੇਕਾ ਸੀ। 8 ਤੋਂ ਬਾਅਦ ਕਮੇਟੀ ਨੇ ਮੈਨੂੰ 14 ਪੁਆਇੰਟ ਕਰਤੇ, ਉਹੀ ਰੇਟ ਦੇ ਵਿੱਚ ਮੈਂ 14 ਪੁਆਇੰਟ ਕਲੀਅਰ ਕਰ ਰਿਹਾ। ਦੁਪਹਿਰੇ 2 ਵਜੇ ਤੱਕ 14 ਦੇ 14 ਸੈਕੰਡਰੀ ਪੁਆਇੰਟ ਕਲੀਅਰ ਹੋ ਜਾਂਦੇ ਆ। ਅਗਰ ਕਿਸੇ ਨੂੰ ਕੋਈ ਪ੍ਰੋਬਲਮ ਹੈ ਤਾਂ ਮੈਨੂੰ ਨਿੱਜੀ ਤੌਰ 'ਤੇ ਮਿਲ ਕੇ ਦੱਸ ਵੀ ਸਕਦਾ ਔਰ ਕਲੀਅਰ ਉਹਦੀ ਮੈਂ ਕੰਪਲੇਂਟ ਦੂਰ ਕਰੂੰਗਾ। ਕੋਈ ਸ਼ਰਾਰਤੀ ਤੱਤਵ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੇ ਲਈ ਜਾਣ ਕੇ ਲਾ ਰਹੇ ਆ ਕਿ ਸ਼ਹਿਰ 'ਚ ਕੂੜਾ ਚੱਕਿਆ ਨਹੀਂ ਜਾ ਰਿਹਾ।